ਕਦੇ ਕਦੇ ਮੈਂ ਸੋਚਦਾ ਕਿ ਅੱਗੇ ਆਪਾਂ ਕਹਿੰਦੇ ਹੁੰਦੇ ਕਿ ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਅਖਾਣਾ ਬੜੀਆਂ ਡੂੰਘੀਆਂ ਡੂੰਘੀਆਂ ਹੁੰਦੀਆਂ, ਉਹਨੂੰ ਅਸੀਂ ਸਮਝ ਲੈਂਦੇ ਸੀ। ਸਾਡੇ ਬੱਚੇ ਮੈਨੂੰ ਲੱਗਦਾ ਸਾਹਿਤ ਤੋਂ ਦੂਰ ਹੋ ਗਏ ਨੇ ਹੁਣ, ਉਹ ਬੜਾ ਲਾਈਟਲੀ ਜਿਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਮੁਲਕ ਦੀ ਜਨਰੇਸ਼ਨ ਜਿਹੜੀ ਹੈਗੀ ਆ, ਨਵੀਂ ਜਨਰੇਸ਼ਨ ਨੂੰ ਪਰਖਣਾ ਹੋਵੇ ਤਾਂ ਉਹ ਗਾਣਿਆਂ ਤੋਂ ਪਤਾ ਲੱਗ ਜਾਂਦਾ ਵੀ ਕੀ ਸੁਣਦੀ ਆ। ਮੀਡੀਆ ਜ਼ਿਆਦਾ ਚੱਕਦਾ, ਜਿੰਨੇ ਵੀ ਅਖਬਾਰ ਨੇ ਉਹਨਾਂ ਦਾ ਬਹੁਤ ਰੋਲ ਹੈ, ਉੱਧਰੋਂ ਗੱਲ ਕੀਤੀ ਉਹਨਾਂ ਨੂੰ ਚੰਗੀਆਂ ਗੱਲਾਂ ਨੂੰ ਉੱਪਰ ਲੈ ਕੇ ਆਉਣਾ ਚਾਹੀਦਾ, ਨਾ ਕਿ ਇਹੋ ਜਿਹੀਆਂ ਇੱਕ ਨੇ ਉੱਧਰੋਂ ਬਿਆਨ ਦੇਤਾ ਦੂਜੇ ਨੇ ਦੇਤਾ ਉਹਨੂੰ ਹਾਈਲਾਈਟ ਕਰਕੇ ਸਾਡੇ ਬੱਚਿਆਂ ਤੱਕ ਪਹੁੰਚਾਇਆ ਜਾਵੇ। ਅੱਗੇ ਅਸੀਂ ਬੰਬੇ ਦੇ ਸੁਣਦੇ ਹੁੰਦੇ ਸੀ ਬੰਬੇ ਦੀਆਂ ਇੰਡਸਟਰੀ 'ਚ ਵੀ ਕਿਤੇ ਕੁਛ ਕਰ ਦਿਓ, ਕਿਸੇ ਦਾ ਕੁਛ ਕਰ ਦਿਓ, ਅਤੇ ਉਹਦੀ ਵੀ ਨੈਗੇਟਿਵ ਪਬਲਿਸਿਟੀ ਆ ਜਿਹੜੀ ਲੋਕਾਂ ਤੱਕ ਪਹੁੰਚਣ ਲਈ ਸੌਖੀ ਹੈ। ਹੁਣ ਆਪਾਂ ਲੜਦੇ ਹਾਂ ਇੱਥੇ ਉਸ ਛੇਤੀ ਪਹੁੰਚਣੀ ਹੈ, ਜੇ ਆਪਾਂ ਚੰਗਾ ਕੰਮ ਕਰਦੇ ਹਾਂ ਉਹਨੂੰ ਕੋਈ ਮੀਡੀਆ ਛੇਤੀ ਉੱਪਰ ਚੱਕਦਾ। ਕੰਪਨੀਆਂ ਵੀ ਵਪਾਰ ਉਹਨਾਂ ਗਾਣਿਆਂ 'ਤੇ ਕਰਦੀਆਂ ਨੇ, ਜੇ ਤੁਸੀਂ ਕਹੋਗੇ ਕਿ ਮੈਂ ਆਹ ਗਾਉਣਾ ਬਣ ਕੇ ਨਹੀਂ ਵੇਖਦਾ। ਨਹੀਂ ਮੈਨੂੰ ਲੱਗਦਾ ਕਿਸੇ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਨੀ ਕੋਈ ਮਾੜੀ ਗੱਲ ਨਹੀਂ, ਪਰ ਉਹਦਾ ਜਿਹੜਾ ਪੱਖ ਅਸਲੀ ਕੱਢਿਆ ਜਾਵੇ ਕਿ ਉਹ ਔਖੇ ਹੋਏ ਇਸ ਲਈ ਪੱਖ ਨੂੰ ਲੈ ਕੇ ਕਿ ਸੌਖੇ ਵੀ ਕਿੱਦਾਂ ਦਾ ਹੀਰੋ ਬਣਾ ਕੇ ਉਚਾਰਦੇ ਹਾਂ, ਜਾਂ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ, ਅਤੇ ਉਹਨਾਂ ਨੇ ਕਿਉਂ ਇਸ ਲਾਈਨ 'ਚ ਆਏ, ਅਤੇ ਉਹ ਨਿਕਲਣਾ ਚਾਹੁੰਦੇ ਵੀ ਹੋਣੇ ਕਿਉਂ ਨਹੀਂ, ਮਤਲਬ ਸਹੀ ਤੱਥਾਂ ਦੇ ਆਧਾਰ 'ਤੇ ਜੇ ਬਣਨ ਤਾਂ ਕੋਈ ਬੁਰੀ ਗੱਲ ਨਹੀਂ। ਗਾਉਣ ਵਾਲਿਆਂ 'ਤੇ ਪੈਸੇ ਲਾਉਣ ਨਾਲ ਸਾਡੇ ਅੱਜ ਯੂਥ ਨੂੰ, ਸਾਡੇ ਨਿੱਕੇ ਨਿੱਕੇ ਅੱਜ ਜਵਾਕਾਂ ਨੂੰ ਗੇਮਸ ਦੀ ਬਹੁਤ ਲੋੜ ਹੈ, ਖੇਡ ਦੇ ਮੈਦਾਨ ਦੀ ਬਹੁਤ ਲੋੜ ਅੱਜ ਦੇ ਸਮੇਂ ਦੇ ਵਿੱਚ। ਜੇ ਕੋਈ ਹੀਰੋ ਬਣਦੇ ਆ ਤਾਂ ਉਹ ਬੰਦੇ ਉਹੀ ਬਣਦੇ ਆ ਦੁਨੀਆ ਦੇ ਵਿੱਚ ਜਿਹੜੇ ਪੋਜ਼ਿਟਿਵ ਆਪਣੀ ਪਬਲਿਸਿਟੀ ਕਰਾਉਂਦੇ ਆ, ਨਾ ਮਿੱਤਰਾਂ ਦਾ ਨਾ ਪੋਜ਼ਿਟਿਵ ਚੱਲਦਾ ਹੋਵੇ ਜਿਹਨਾਂ ਦਾ, ਕੋਈ ਜ਼ਿਆਦਾ ਵੱਡੀ ਫੁਕਰੀ ਕਦੇ ਮਾਰੀ ਨਹੀਂ ਮੈਂ ਜਿਹੜੀ ਕਿ ਅਸਲੀਅਤ ਤੋਂ ਦੂਰ ਹੋਵੇ। ਪੰਜਾਬੀ ਵੀਰੋ, ਮੈਂ ਹਾਂ ਜਗਰੂਪ ਸਿੰਘ ਜਰਖੜ, ਪ੍ਰੋਗਰਾਮ ਲੈ ਕੇ ਹਾਜ਼ਰਾ ਖੇਡ ਮੈਦਾਨ ਬੋਲਦਾ ਹੈ। ਮੇਰੇ ਨਾਲ ਨੇ ਬਹੁਤ ਇਨਾਮੀ ਅਤੇ ਉੱਘੇ ਲੋਕ ਗਾਇਕ ਹਰਜੀਤ ਹਰਮਨ, ਜਿਨ੍ਹਾਂ ਨੂੰ ਵਾਕਿਆ ਲੋਕ ਗਾਇਕ ਕਿਹਾ ਜਾ ਸਕਦਾ ਵਾ, ਜਿਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬ ਦੇ ਮਾਹੌਲ ਨੂੰ ਸਮਾਰਿਆ ਵਾ, ਔਰ ਪੰਜਾਬ ਦੀ ਜਿਹੜੀ ਪਹਿਚਾਣ ਆ ਇੱਕ ਵੱਖਰੇ ਤੌਰ 'ਤੇ ਬਣਾਈ ਆ। ਪਰ ਜੋ ਅੱਜ ਦਾ ਗਾਇਕੀ ਦਾ ਦੌਰ ਚੱਲਦਾ ਵਾ, ਅਤੇ ਉਹਨੂੰ ਅਸੀਂ ਕੋਈ ਲੋਕ ਗਾਇਕ ਜਾਂ ਗਾਇਕੀ ਸਹੀ ਗਾਇਕੀ ਨਹੀਂ ਕਹਿ ਸਕਦੇ ਹੈਗੇ। ਹਰਮਨ ਸਾਹਿਬ ਸਵਾਗਤ ਆ ਤੁਹਾਡਾ, ਅਤੇ ਪਹਿਲਾਂ ਤਾਂ ਇਹ ਦੱਸੋ ਤੁਸੀਂ ਇੰਨੀ ਵਧੀਆ ਸਾਫ਼ ਸੁਥਰੀ ਗਾਇਕੀ ਗਾਈ, ਲੋਕਾਂ ਨੇ ਪਸੰਦ ਕੀਤਾ, ਜਿਹੜਾ ਅੱਜ ਦਾ ਮਾਹੌਲ ਇੱਕਦਮ ਚੇਂਜ ਹੋ ਗਿਆ, ਅਤੇ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਇਹ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੋਗਰਾਮ ਖੇਡ ਦਾ ਮੈਦਾਨ ਬੋਲਦਾ ਹੈ ਬੜਾ ਦਿਲ ਨੂੰ ਡੁੰਬ ਨਾਲੀ ਹੈ। ਮੇਰੇ ਖਿਆਲ ਦੇ ਵਿੱਚ ਜਦੋਂ ਅਸੀਂ ਕਿਸੇ ਵੀ ਫੀਲਡ ਦੇ ਵਿੱਚ ਨਾਂ ਬਣਾਈਏ, ਪਰ ਜਿਹੜਾ ਖੇਡ ਦਾ ਮੈਦਾਨ ਹੈ ਇਹ ਬਹੁਤ ਜ਼ਰੂਰੀ ਹੈ। ਮੈਂ ਅਕਸਰ ਸੋਚਦਾ ਬਹੁਤ ਬਹੁਤ ਮੁਬਾਰਕ ਇਸ ਗੱਲ ਦੀ। ਅਤੇ ਗਾਇਕੀ ਦੇਖੋ ਜੀ, ਕਦੇ ਕਦੇ ਮੈਂ ਸੋਚਦਾ ਕਿ ਅੱਗੇ ਆਪਾਂ ਕਹਿੰਦੇ ਹੁੰਦੇ ਕਿ ਸਿਆਣੇ ਦਾ ਕਿਹਾ ਔਲੇ ਦਾ ਖਾਧਾ, ਅਖਾਣਾ ਬੜੀਆਂ ਡੂੰਘੀਆਂ ਡੂੰਘੀਆਂ ਹੁੰਦੀਆਂ, ਉਹਨੂੰ ਅਸੀਂ ਸਮਝ ਲੈਂਦੇ ਸੀ। ਸਾਡੇ ਬੱਚੇ ਮੈਨੂੰ ਲੱਗਦਾ ਸਾਹਿਤ ਤੋਂ ਦੂਰ ਹੋ ਗਏ ਨੇ ਹੁਣ, ਉਹ ਬੜਾ ਲਾਈਟਲੀ ਜਿਹੀ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਅਤੇ ਬਹੁਤ ਬੁਰਾ ਰੁਝਾਨ ਹੈ ਕਹਿੰਦੇ ਕਿਸੇ ਮੁਲਕ ਦੀ ਜਨਰੇਸ਼ਨ ਜਿਹੜੀ ਹੈਗੀ ਆ, ਨਵੀਂ ਜਨਰੇਸ਼ਨ ਨੂੰ ਪਰਖਣਾ ਹੋਵੇ ਤਾਂ ਗਾਣਿਆਂ ਤੋਂ ਪਤਾ ਲੱਗ ਜਾਂਦਾ ਵੀ ਕੀ ਸੁਣਦੀ ਆ, ਕਿੱਧਰ ਨੂੰ ਜਾਂਦੀ ਆ। ਦੇਖੋ ਪਹਿਲਾਂ ਤੁਹਾਨੂੰ ਘੇਰ ਲਿਆ ਡਰੱਗ ਨੇ ਪੰਜਾਬ ਦੀ ਜ਼ਮਾਨੇ, ਹੁਣ ਘੇਰ ਲਿਆ ਗਾਇਕਾਂ ਨੇ। ਮੈਂ ਤਾਂ ਹੈਰਾਨ ਹਾਂ ਵੀ ਗਾਇਕਾਂ ਨੂੰ ਸੰਮਨ ਵੀ ਆਉਣ ਲੱਗ ਪਏ ਨੇ ਪੁਲਿਸ ਦੇ, ਹਰ ਰੋਜ਼ ਪੁਲਿਸ ਇੱਕ ਦੋ ਗਾਇਕਾਂ ਨੂੰ ਇਹਦੇ ਵਿੱਚ। ਦੇਖੋ ਜੀ, ਪ੍ਰਸ਼ਾਸਨ ਦਾ ਵੀ ਰੋਲ ਹੈ ਮੈਂ ਕਹੂੰਗਾ, ਕਿ ਤੁਸੀਂ ਜਦੋਂ ਕਿਸੇ ਬੰਦੇ 'ਤੇ ਕਾਰਵਾਈ ਕਰਦੇ ਹੋ, ਜਦੋਂ ਇੱਦਾਂ ਦਾ ਕੋਈ ਸ਼ਬਦ ਬੋਲਦਾ ਤਾਂ ਕਿਉਂ ਨਹੀਂ ਪਰਚੇ ਦਰਜ ਕਰਦੇ? ਅਤੇ ਦੂਜਾ, ਮੀਡੀਆ ਜ਼ਿਆਦਾ ਚੱਕਦਾ, ਜਿੰਨੇ ਵੀ ਅਖਬਾਰ ਨੇ ਉਹਨਾਂ ਦਾ ਬਹੁਤ ਰੋਲ ਹੈ ਇਹ 'ਚ। ਉੱਧਰੋਂ ਗੱਲ ਕੀਤੀ ਉਹਨਾਂ ਨੂੰ ਚੰਗੀਆਂ ਗੱਲਾਂ ਨੂੰ ਉੱਪਰ ਲੈ ਕੇ ਆਉਣਾ ਚਾਹੀਦਾ, ਨਾ ਕਿ ਇਹੋ ਜਿਹੀਆਂ ਇੱਕ ਨੇ ਉੱਧਰੋਂ ਬਿਆਨ ਦੇਤਾ ਦੂਜੇ ਨੇ ਦੇਤਾ ਉਹਨੂੰ ਹਾਈਲਾਈਟ ਕਰਕੇ ਸਾਡੇ ਬੱਚਿਆਂ ਤੱਕ ਪਹੁੰਚਾਇਆ ਜਾਵੇ। ਠੀਕ ਹੈ ਜੀ, ਉਹ ਚੰਗੀਆਂ ਚੀਜ਼ਾਂ ਕੋਈ ਚੰਗਾ ਹੋਣਾ, ਖੇਡ ਦਾ ਮੈਦਾਨ ਹੈ ਇੱਥੇ, ਇਹਨੂੰ ਆਪਾਂ ਹਾਈਲਾਈਟ ਕਰੀਏ। ਮਾੜੀ ਨੂੰ ਜ਼ਿਆਦਾ। ਅੱਗੇ ਅਸੀਂ ਬੰਬੇ ਦੇ ਸੁਣਦੇ ਹੁੰਦੇ ਸੀ ਬੰਬੇ ਦੀ ਇੰਡਸਟਰੀ 'ਚ ਵੀ ਕਿਤੇ ਕੁਛ ਕਰ ਦਿਓ, ਕਿਸੇ ਦਾ ਕੁਛ ਕਰ ਦਿਓ, ਅਤੇ ਉਹਦੀ ਵੀ ਨੈਗੇਟਿਵ ਪਬਲਿਸਿਟੀ ਆ ਜਿਹੜੀ ਲੋਕਾਂ ਤੱਕ ਪਹੁੰਚਣ ਲਈ ਸੌਖੀ ਹੈ। ਹੁਣ ਆਪਾਂ ਲੜਦੇ ਹਾਂ ਇੱਥੇ ਉਸ ਛੇਤੀ ਪਹੁੰਚਣੀ ਹੈ, ਜੇ ਆਪਾਂ ਚੰਗਾ ਕੰਮ ਕਰਦੇ ਹਾਂ ਉਹਨੂੰ ਕੋਈ ਮੀਡੀਆ ਛੇਤੀ ਉੱਪਰ ਚੱਕਦਾ। ਹੱਲ ਕੀ ਹੈ ਫਿਰ? ਹੱਲ ਬੜੇ ਸੋਚੀਦਾ, ਹੁਣ ਜਨਰੇਸ਼ਨ ਨੂੰ ਕਿੱਦਾਂ ਸਮਝਾਈਏ ਵੀ ਇੱਦਾਂ ਦੇ ਗਾਣੇ ਨਾ ਸੁਣੋ, ਸੁਣਦੇ ਆ, ਅਤੇ ਕੰਪਨੀਆਂ ਵੀ ਵਪਾਰ ਉਹਨਾਂ ਗਾਣਿਆਂ ਤੋਂ ਹੀ ਕਰਦੀਆਂ ਨੇ। ਜੇ ਤੁਸੀਂ ਕਹੋਗੇ ਕਿ ਮੈਂ ਆਹ ਗਾਉਣਾ ਬਣ ਕੇ ਨਹੀਂ ਵਿਕਦਾ, ਅਸੀਂ ਤੁਹਾਡੇ 'ਤੇ ਪੈਸਾ ਨਹੀਂ ਲਾ ਸਕਦੇ, ਤੁਸੀਂ ਆਪਣਾ ਗਾਓ, ਸਾਨੂੰ ਤਾਂ ਜੋ ਵਿਕਦਾ ਉਹ ਦਿਓ। ਗੈਂਗਸਟਰ ਦੇ ਉੱਤੇ ਫਿਲਮਾਂ ਬਣਨ ਲੱਗ ਪਈਆਂ, ਠੀਕ ਹੈ, ਤੁਹਾਡਾ ਕੀ ਕਹਿਣਾ, ਬਣਨੀਆਂ ਚਾਹੀਦੀਆਂ ਨੇ ਕਿ ਨਹੀਂ ਚਾਹੀਦੀ? ਨਹੀਂ, ਮੈਨੂੰ ਲੱਗਦਾ ਕਿਸੇ ਦੀ ਜ਼ਿੰਦਗੀ ਦੇ ਉੱਤੇ ਫਿਲਮ ਬਣਨੀ ਕੋਈ ਮਾੜੀ ਗੱਲ ਨਹੀਂ, ਪਰ ਉਹਦਾ ਜਿਹੜਾ ਪੱਖ ਅਸਲੀ ਕੱਢਿਆ ਜਾਵੇ ਕਿ ਉਹ ਔਖੇ ਹੋਏ ਇਸ ਲਈ ਪੱਖ ਨੂੰ ਲੈ ਕੇ ਕਿ ਸੌਖੇ ਵੀ ਕਿੱਦਾਂ ਦਾ ਹੀਰੋ ਬਣਾ ਕੇ ਉਚਾਰਦੇ ਹਾਂ, ਜਾਂ ਉਹਨਾਂ ਦਾ ਪਰਿਵਾਰ ਦਾ ਕੀ ਹਾਲ ਹੈ, ਅਤੇ ਉਹਨਾਂ ਨੇ ਕਿਉਂ ਇਸ ਲਾਈਨ 'ਚ ਆਏ, ਅਤੇ ਉਹ ਨਿਕਲਣਾ ਚਾਹੁੰਦੇ ਵੀ ਹੋਣੇ ਕਿਉਂ ਨਹੀਂ, ਮਤਲਬ ਸਹੀ ਤੱਥਾਂ ਦੇ ਆਧਾਰ 'ਤੇ ਜੇ ਬਣਨ ਤਾਂ ਕੋਈ ਬੁਰੀ ਗੱਲ ਨਹੀਂ ਹੈ।
ਮਤਲਬ ਸਾਰੂ ਰੋਲ ਹੋਵੇ ਸਾਰੂ ਰੋਲ ਹੋਵੇ ਜੋ ਵੀ ਇਸ ਦਲਦਲ ਦੇ ਵਿੱਚ ਮੈਂ ਸੁਣਦਾ ਰਹਿੰਦਾ ਅਕਸਰ ਮੈਂ ਟੀਵੀ 'ਤੇ ਵੀ ਦੇਖਦਾ ਬੰਦਾ ਫਸਦਾ ਨਿਕਲਣਾ ਬਹੁਤ ਔਖਾ ਹੋ ਜਾਂਦਾ ਦੇਖੋ ਪਹਿਲਾਂ ਤਾਂ ਅਸੀਂ 10-12 ਸਾਲ ਜਿਵੇਂ ਕਹਿੰਦੇ ਆ ਖੜਕੂਬਾਦ ਦੇ ਪੀੜਤ ਹੋ ਗਏ ਆ ਉਦੋਂ ਪਹਿਲਾਂ ਨਕਸਲਾਈਟ ਮੂਵਮੈਂਟ ਘੇਰ ਲਿਆ ਤੇ ਹੁਣ ਸਾਰੀ ਜਵਾਨੀ ਬਾਹਰ ਨੂੰ ਜਾ ਰਹੀ ਹੈ ਕਦੇ ਕਦੇ ਮੈਂ ਸੋਚਦਾ ਹੁੰਦਾ ਕਿ 96-94 'ਚ ਖੜਕੂਬਾਦ ਅੰਤ ਹੋ ਗਿਆ ਜਿਹੜੇ ਉਦੋਂ ਦੀ ਜਨਰੇਸ਼ਨ ਉਹ 24-24 ਸਾਲ ਦੀ ਹੋ ਗਈ ਉਹਨਾਂ ਨੇ ਹਾਲ ਉਹ ਦੇਖੇ ਨਹੀਂ ਹੈਗੇ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਵੀ ਉਹ ਕਿਵੇਂ ਅਖਬਾਰ ਭਰੇ ਹੁੰਦੇ ਸੀ ਫਰੰਟ ਪੇਜ ਜਿੱਦਾਂ ਅਸੀਂ 47 ਨਹੀਂ ਦੇਖਿਆ ਸੀ ਅਸੀਂ 47 ਦੇਖਿਆ ਨਹੀਂ ਸੀ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਵੀ ਕਿਤੇ ਇਹ ਨਾ ਹੋ ਜੇ ਪਰ ਮੈਂ ਕਹਿੰਦਾ ਕਿ ਸੀ ਸਾਡੀ ਧਰਤੀ ਹੈ ਜਿਹੜੀ ਮਹਾਰਿਸ਼ੀਆਂ ਦੀ ਧਰਤੀ ਹੈ ਇਹਦੇ ਵਿੱਚ ਅਣਖ ਨਾਲ ਜਿਉਣਾ ਦੂਜੇ ਦੀ ਸੇਵਾ ਇੱਕ ਦੂਜੇ ਦੀ ਇੱਜ਼ਤ ਧੀਆਂ ਭੈਣਾਂ ਦੀ ਅਤੇ ਬਹੁਤ ਕੁਝ ਸਾਨੂੰ ਸਾਡੇ ਵਿਰਸੇ ਨੇ ਸਿਖਾਇਆ ਅਤੇ ਮੈਨੂੰ ਲੱਗਦਾ ਸਾਡਾ ਧਰਮ ਇੱਦੋਂ ਵਧੀਆ ਕੋਈ ਆਰਟ ਆਫ ਲੀਵਿੰਗ ਹੋ ਹੀ ਨਹੀਂ ਸਕਦੀ ਅਤੇ ਇਹਦੇ ਮੁਤਾਬਕ ਚੱਲਾਂਗੇ ਤਾਂ ਜ਼ਿੰਦਗੀ ਆਪਾਂ ਚੈਨ ਨਾਲ ਜਿਉਂ ਸਕਦੇ ਨਹੀਂ ਆਪਾਂ ਇਹੋ ਜਿਹੇ ਕੰਮ ਕਰ ਰਹੇ ਜਿਹਦੇ ਨਾਲ ਦੂਜੇ ਬੰਦੇ ਨੂੰ ਵੀ ਆਪਾਂ ਡਿਸਟਰਬ ਕਰ ਰਹੇ ਤੁਸੀਂ ਅੱਜ ਇੱਕ ਖੇਡ ਮੈਦਾਨ 'ਚ ਆਏ ਹੋ ਟੂਰਨਾਮੈਂਟ ਦੇਖ ਰਹੇ ਹੋ ਅਤੇ ਪ੍ਰੋਗਰਾਮ ਵੀ ਆਪਣੇ ਖੇਡ ਮੈਦਾਨ ਬੋਲਦਾ ਹੈ ਵੀ ਜੇ ਇਸ ਤਰ੍ਹਾਂ ਦੇ ਉਪਰਾਲੇ ਪਿੰਡ ਪਿੰਡ 'ਚ ਹੋ ਜਾਣ ਜਿੱਦਾਂ ਰਾਮਪੁਰ ਵਾਲੇ ਕਰ ਰਹੇ ਨੇ ਅਤੇ ਤਾਂ ਤੁਹਾਨੂੰ ਲੱਗਦਾ ਵੀ ਪੰਜਾਬ ਟਰੱਕ ਮੰਗਤ ਮੈਂ ਤਾਂ ਅਕਸਰ ਕਹਿੰਦਾ ਕਿ ਗਾਉਣ ਵਾਲਿਆਂ 'ਤੇ ਪੈਸੇ ਲਾਉਣ ਨਾਲ ਸਾਡੇ ਅੱਜ ਯੂਥ ਨੂੰ ਸਾਡੇ ਨਿੱਕੇ ਨਿੱਕੇ ਅੱਜ ਜਵਾਕਾਂ ਨੂੰ ਗੇਮਸ ਦੀ ਬਹੁਤ ਲੋੜ ਹੈ ਖੇਡ ਦੇ ਮੈਦਾਨ ਦੀ ਬਹੁਤ ਲੋੜ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਜੇ ਤੁਹਾਨੂੰ ਲੱਗਾ ਸਿਹਤ ਹੀ ਨਹੀਂ ਹੈ ਤੁਸੀਂ ਕੁਛ ਵੀ ਨਹੀਂ ਹੋ ਤੁਹਾਡੀ ਐਜੂਕੇਸ਼ਨ ਕੰਮ ਦੀ ਨਹੀਂ ਜਦੋਂ ਤੁਹਾਡੀ ਸਿਹਤ ਨਹੀਂ ਹੈ ਤੁਹਾਡੀ ਗਾਇਕੀ ਵੀ ਕੰਮ ਦੀ ਨਹੀਂ ਤੁਹਾਡੀ ਸਿਹਤ ਨਹੀਂ ਹੈ ਕੁਛ ਵੀ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਮੈਂ ਕਹਿੰਦਾ ਕਿ ਬਾਕੀ ਦੇ ਕੰਮ ਮਾਨ ਸਾਹਿਬ ਦੀਆਂ ਲਾਈਨਾਂ ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਖੇਡਾਂ ਦਾ ਡਿਵੈਲਪ ਹੋਣਾ ਬਹੁਤ ਹੀ ਜ਼ਰੂਰੀ ਹੈ ਸਾਡੀ ਜਨਰੇਸ਼ਨ ਕੀ ਅੰਤ ਕੀ ਸੁਨੇਹਾ ਦੇਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਦੇਖੋ ਜੀ ਜਵਾਨੀ ਮੈਂ ਪੂਰੀ ਦੀ ਪੂਰੀ ਤਾਂ ਨਹੀਂ ਕਹੂੰਗਾ ਤੁਸੀਂ ਖੇਡ ਦਾ ਮੈਦਾਨ ਦੇਖ ਲਓ ਇੱਥੇ ਇੱਕੋ ਸੋਚ ਦੇ ਲੋਕ ਤਾਂ ਨਹੀਂ ਹੈਗੇ ਅਤੇ ਉਹ ਆਪਣੀ ਸੋਚ ਮੁਤਾਬਕ ਚੱਲਦੇ ਨੇ ਪਰ ਇਹ ਕਹੂੰਗਾ ਕਿ ਕਾਮਯਾਬ ਇਹ ਹੋਣਗੇ ਜਿਹੜੇ ਪੋਜ਼ਿਟਿਵ ਸੋਚ ਲੈ ਕੇ ਚੱਲਣਗੇ ਨੈਗੇਟਿਵ ਸੋਚ ਦਾ ਐਂਡ ਹੈ ਜਿਹੜਾ ਮਾੜੀ ਚੀਜ਼ ਦਾ ਨਸ਼ੇ ਦਾ ਉਹਦਾ ਐਂਡ ਤੁਸੀਂ ਇਤਿਹਾਸ ਪੜ੍ਹ ਲਓ ਮਾੜਾ ਹੀ ਹੋਇਆ ਅਤੇ ਜੇ ਕੋਈ ਹੀਰੋ ਬਣਦੇ ਆ ਤਾਂ ਉਹ ਬੰਦੇ ਉਹੀ ਬਣਦੇ ਆ ਦੁਨੀਆ ਦੇ ਵਿੱਚ ਜਿਹੜੇ ਪੋਜ਼ਿਟਿਵ ਆਪਣੀ ਪਬਲਿਸਿਟੀ ਕਰਾਉਂਦੇ ਆ ਨਾ ਮਿੱਤਰਾਂ ਦਾ ਨਾ ਪੋਜ਼ਿਟਿਵ ਚੱਲਦਾ ਹੋਵੇ ਜਿਹਨਾਂ ਦਾ ਇਹ ਨਹੀਂ ਕੋਈ ਮਾੜਾ ਕੰਮ ਕਰਕੇ ਆਪਾਂ ਕਹੀਏ ਫਲਾਣਾ ਸਿੰਘ ਹੈ ਜਿਹੜਾ ਪੜ੍ਹ ਕੇ ਲਿਖ ਕੇ ਕੁਛ ਬਣਦਾ ਖੇਡਦੇ ਮੈਦਾਨ ਤੋਂ ਕੁਛ ਬਣਦਾ ਸਿੱਖ ਕੇ ਗਾਇਕ ਬਣਦਾ ਚੰਗਾ ਗਾ ਕੇ ਬਣਦਾ ਯਾਦ ਉਹਨੂੰ ਇਹ ਕੀਤਾ ਜਾਊਗਾ ਬਾਕੀ ਵਕਤ ਹੈ ਅਤੇ ਝੂਠ ਸੱਚ ਦਾ ਲਤਾਰਾ ਹੁੰਦਾ ਸੱਚ ਹਮੇਸ਼ਾ ਜਿੱਤ ਅਤੇ ਚੰਗਿਆਈ ਹਮੇਸ਼ਾ ਹੀ ਉੱਪਰ ਰਹੂਗੀ ਅਤੇ ਕੋਈ ਤੁਹਾਡੇ ਆਉਣ ਵਾਲੇ ਟਾਈਮ 'ਚ ਕੋਈ ਕਿਹੜੇ ਹੋਰ ਕਿੱਦਾਂ ਦੇ ਗੀਤ ਆ ਰਹੇ ਨੇ ਕੋਈ ਦੱਸੋਗੇ ਤਾਂ ਮੇਰੇ ਪਿਆਰ ਮੁਹੱਬਤ ਦੇ ਗਾਣੇ ਵੀ ਮਤਲਬ ਹੁੰਦੇ ਆ ਜਿਹੜੇ ਉਹ ਅਸਲੀਅਤ ਦੇ ਨੇੜੇ ਹੀ ਹੁੰਦੇ ਆ ਕੋਈ ਜ਼ਿਆਦਾ ਵੱਡੀ ਫੁਕਰੀ ਕਦੇ ਮਾਰੀ ਨਹੀਂ ਮੈਂ ਜਿਹੜੀ ਕਿ ਅਸਲੀਅਤ ਤੋਂ ਦੂਰ ਹੋਵੇ ਅਤੇ ਹਾਲ ਜ਼ਿੰਦਗੀ ਦੇ ਨੇੜੇ ਥੋੜ੍ਹੀ ਜੀ ਵੀ ਮਿੱਤਰਾਂ ਦਾ ਨਾਂ ਚੱਲਦਾ ਵੀ ਇੱਜ਼ਤ ਮਾਣ ਬਣਿਆ ਹੋਇਆ ਵੀ ਬੰਦਾ ਗੱਲ ਮੰਨ ਲੈਂਦਾ ਇਹ ਨਹੀਂ ਬਈ ਜ਼ਿੰਦਗੀ 'ਚੋਂ ਦੇਖਿਆ ਵੀ ਨਾ ਹੋਵੇ ਅਤੇ ਮੈਂ ਗਾਵਾਂ ਉਹ ਮੈਨੂੰ ਵੀ ਪਸੰਦ ਨਹੀਂ ਚਲੋ ਮੇਰੇ ਚਾਹੁਣ ਵਾਲਿਆਂ ਨੇ ਬਹੁਤ ਮੁਹੱਬਤ ਦਿੱਤੀ ਜਿੰਨੇ ਵੀ ਮੈਂ ਗਾਣੇ ਗਾਏ ਅਤੇ ਹੁਣ ਹੀ ਹਫ਼ਤੇ ਤੱਕ ਮੇਰਾ ਗਾਣਾ ਰਿਲੀਜ਼ ਹੋ ਜਾਊਗਾ ਦਿਲ ਦੀਆਂ ਫਰਦਾਂ ਅਤੇ ਆਸ ਰੱਖਦਾ ਕਿ ਪਿਆਰ ਦੇਵੋਗੇ ਸਾਰੇ ਅਤੇ ਇਹ ਸਨ ਹਰਜੀਤ ਹਰਮਨ ਜਿਨ੍ਹਾਂ ਦਾ ਆਉਣ ਵਾਲਾ ਗੀਤ ਹੈ ਦਿਲ ਦੀਆਂ ਫਰਦਾਂ ਔਰ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹਰਮਨ ਸਾਹਿਬ ਨੇ ਵੀ ਅਗਰ ਪੰਜਾਬ ਦੀ ਜਵਾਨੀ ਖੇਡ ਮੈਦਾਨਾਂ ਦੇ ਵਿੱਚ ਆ ਜਾਵੇ ਔਰ ਪੋਜ਼ਿਟਿਵ ਰੋਲ ਨਿਭਾਵੇ ਆਪਦਾ ਤਾਂ ਪੰਜਾਬ ਆ ਜਿਹੜਾ ਜਿਹਨਾਂ ਦਾ ਗੋਲਡਨ ਟਾਈਮ ਆ ਉਹ ਦੁਬਾਰਾ ਆਏਗਾ ਅਤੇ ਬਹੁਤ ਬਹੁਤ ਧੰਨਵਾਦ ਹਰਮਨ ਸਾਹਿਬ ਅਤੇ ਫਿਰ ਮਿਲਾਂਗੇ ਹਰਜੀਤ ਹਰਮਨ ਕਿਸੇ ਨਵੀਂ ਪਰਸਨੈਲਿਟੀ ਦੇ ਨਾਲ ਆਸ ਕਰਦੇ ਕਿ ਆਸ ਤਾਂ ਇਹਨਾਂ ਦੀ ਕੀਤੀ ਜਾ ਸਕਦੀ ਆ ਕੁਝ ਗਿਣਤੀ ਦੇ ਗਾਇਕ ਨੇ ਜਿਵੇਂ ਹਰਭਜਨ ਮਾਨ ਆ ਹਰਜੀਤ ਹਰਮਨ ਆ ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸੁਣਿਆ ਜਾ ਸਕਦਾ ਵਾ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਅਤੇ ਕਿਉਂਕਿ ਅਸਲ ਹੀਰੋ ਨੇ ਪੰਜਾਬ ਦੇ ਅਤੇ ਜਾਂ ਅਸਲ ਹੀਰੋ ਖੇਡ ਮੈਦਾਨ 'ਚੋਂ ਪੈਦਾ ਹੁੰਦੇ ਆ ਜਾਂ ਜਿਹੜੇ ਸਾਫ਼ ਸੁਥਰੀ ਗਾਇਕੀ ਗਾਉਂਦੇ ਉਹ ਹੁੰਦੇ ਆ ਅਤੇ ਮੇਰੇ ਨਾਲ ਨੇ ਜਦਵਿੰਦਰ ਸਿੰਘ ਤੂ ਅਤੇ ਫਿਰ ਮਿਲਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਖੇਡ ਮੈਦਾਨ ਬੋਲਦਾ ਦੇ ਵਿੱਚ ਅੱਜ ਇੰਨਾ ਹੀ ਕਾਫੀ ਬਹੁਤ ਬਹੁਤ ਧੰਨਵਾਦ।